ਅੰਤਰਰਾਸ਼ਟਰੀ ਯੋਗਾ ਦਿਵਸ ਭਾਵੇਂ ਕਿ 21 ਜੂਨ ਨੂੰ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾ ਰਿਹਾ ਹੈ। ਨਾਭਾ ਦੇ ਵਿੱਚ ਵੀ ਸੈਂਕੜੇ ਔਰਤਾਂ ਅਤੇ ਮਰਦਾਂ ਵੱਲੋਂ ਰੋਜ਼ਾਨਾ ਹੀ ਯੋਗ ਕੀਤਾ ਜਾਂਦਾ ਹੈ। ਇਹ ਯੋਗਾ ਸਵੇਰੇ 7 ਵਜੇ ਤੋਂ ਲੈ ਕੇ ਰੋਜ਼ਾਨਾ 8 ਵਜੇ ਤੱਕ ਕੀਤਾ ਜਾਂਦਾ ਹੈ। ਯੋਗਾ ਕਰਨ ਵਾਲੇ ਵਿਅਕਤੀਆਂ ਨੇ ਕਿਹਾ ਕਿ ਯੋਗਾ ਕਰਨ ਨਾਲ ਇੱਕ ਤਾਂ ਸਰੀਰ ਬਹੁਤ ਜ਼ਿਆਦਾ ਤੰਦਰੁਸਤ ਰਹਿੰਦਾ ਅਤੇ ਕਈ ਬਿਮਾਰੀਆਂ ਤੋਂ ਛੁਟਕਾਰਾ ਵੀ ਮਿਲਦਾ ਹੈ। ਸਾਰਾ ਸਰੀਰ ਨਿਰੋਗ ਰਹਿਤਾ ਹੈ। ਯੋਗ ਹਰ ਵਿਅਕਤੀ ਕੇ ਲਈ ਜ਼ਰੂਰੀ ਹੈ, ਬੱਚਾ ਬੂੜਾ ਸਭੀ ਕੇ ਲਈ ਯੋਗ ਜ਼ਰੂਰੀ ਹੈ ਔਰ ਯੋਗ ਹਮ ਸਭਕੋ ਕਰਨਾ ਚਾਹੀਏ। ਸ਼੍ਰੀ ਨਰਿੰਦਰ ਮੋਦੀ ਜੀ ਨੇ ਜੋ ਇਹ ਬੀੜਾ ਉਠਾਇਆ ਹੈ ਕਿ ਯੋਗ ਕਰੋ ਔਰ ਘਰ ਘਰ ਮੇਂ ਇਹ ਜਾਗ੍ਰਿਤੀ ਉਤਪੰਨ ਕੀ ਹੈ ਕਿ ਸਭੀ ਯੋਗ ਕਰੋ ਔਰ ਨਿਰੋਗ ਰਹੋ, ਇਸਸੇ ਮੈਂ ਬਹੁਤ ਸਹਿਮਤ ਹੂੰ। ਕਿਹਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਯੋਗਾ ਨੂੰ ਬਹੁਤ ਵੱਡਾ ਇੱਕ ਹੁਲਾਰਾ ਦਿੱਤਾ ਗਿਆ ਹੈ ਜਿਸ ਨੂੰ ਹੁਣ ਅੰਤਰਰਾਸ਼ਟਰੀ ਪੱਧਰ 'ਤੇ ਮਨਾਇਆ ਜਾਂਦਾ ਹੈ। ਇੱਕ ਔਰਤ ਨੇ ਦੱਸਿਆ ਕਿ ਮੈਨੂੰ ਸਰਵਾਈਕਲ ਅਤੇ ਗੋਡਿਆਂ ਦੀ ਬਹੁਤ ਜ਼ਿਆਦਾ ਮੁਸ਼ਕਿਲ ਅਤੇ ਅਸੀਂ ਯੋਗਾ ਕਰਨ ਬਹੁਤ ਜ਼ਿਆਦਾ ਠੀਕ ਹੋ ਗਏ। ਕਿਹਾ ਹੈ ਕਿ ਹਰ ਇੱਕ ਇਨਸਾਨ ਨੂੰ ਯੋਗਾ ਕਰਨਾ ਬਹੁਤ ਹੀ ਜ਼ਰੂਰੀ ਹੈ। 21 ਜੂਨ ਨੂੰ ਅਸੀਂ ਮਨਾਉਂਦੇ ਹਾਂ ਪੂਰੇ ਵਿਸ਼ਵ ਦੇ ਵਿੱਚ। ਜਦੋਂ ਕੇਂਦਰ ਦੇ ਵਿੱਚ BJP ਦੀ ਸਰਕਾਰ ਬਣੀ ਤਾਂ ਸਾਡੇ ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਜੀ ਨੇ UNO ਦੇ ਵਿੱਚ ਸਾਰੇ ਦੇਸ਼ਾਂ ਦੇ ਅੱਗੇ ਪ੍ਰਸਤਾਵ ਰੱਖਿਆ, ਯੋਗ ਦਾ ਜਿਹੜਾ ਮਹੱਤਵ ਹੈ ਉਹਦੇ ਬਾਰੇ ਉਹਨਾਂ ਨੂੰ ਜਾਣਕਾਰੀ ਦਿੱਤੀ ਕਿ ਯੋਗ ਨਾਲ ਕਿਵੇਂ ਸਰੀਰ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ। ਨਾਭਾ ਤੋਂ ਤਹਿਲਕਾ ਹੈਡਲਾਈਨਸ ਲਈ ਸੁਖਚੈਨ ਸਿੰਘ ਲਵਾਣਾ ਦੀ ਰਿਪੋਰਟ। ਅਗਰ ਆਪਕੋ ਹਮਾਰੀ ਵੀਡੀਓ ਪਸੰਦ ਆਈ ਤੋ ਆਪ ਹਮੇ ਸਬਸਕ੍ਰਾਈਬ ਵੀ ਕਰ ਸਕਤੇ ਹੈਂ। ਹਮਾਰੇ ਚੈਨਲ ਕਾ ਨਾਮ ਹੈ ਤਹਿਲਕਾ ਹੈਡਲਾਈਨ ਨਿਊਜ਼ ਔਰ ਆਪ ਹਮੇ ਫੀਡਬੈਕ ਵੀ ਦੇ ਸਕਤੇ ਹੈਂ। ਹਮਾਰੀ ਮੇਲ ਆਈਡੀ ਹੈ telkaheadlines.in@gmail.com। ਅਬ ਆਪ ਹਮੇ ਫੇਸਬੁੱਕ ਔਰ ਟਵਿੱਟਰ ਪਰ ਵੀ ਲਾਈਕ ਕਰ ਸਕਤੇ ਹੈਂ।